ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਅੰਦਰ ਹੋਈਆਂ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਰੁੜਕਾ ਕਲਾਂ ਅਧੀਨ 15 ਬਲਾਕ ਸੰਮਤੀ ਮੈਂਬਰ ਚੁਣੇ ਗਏ ਸਨ। ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਆਧਾਰ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਾਕ ਰੁੜਕਾ ਕਲਾਂ ਦੇ ਨਵੇਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ SDM ਫਲੋਰ ਰਜੇਸ਼ ਕੁਮਾਰ ਸ਼ਰਮਾ ਦੀ ਹਾਜ਼ਰੀ ਵਿੱਚ ਹੋਈ, ਜਿਸ ਵਿੱਚ ਹਰਜਿੰਦਰ ਕੌਰ ਨੂੰ ਬਲਾਕ ਦੀ ਨਵੀਂ ਚੇਅਰਪਰਸਨ ਅਤੇ ਸੁਖਵਿੰਦਰ ਰਾਮ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਇਸ ਮੌਕੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਕਾਂਗਰਸ ਹਲਕਾ ਫਲੋਰ ਦੇ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਵਿਸ਼ੇਸ਼ ਤੌਰ 'ਤੇ ਪੁੱਜੇ, ਜਿਨ੍ਹਾਂ ਨੇ ਚੇਅਰਪਰਸਨ ਹਰਜਿੰਦਰ ਕੌਰ ਅਤੇ ਵਾਈਸ ਚੇਅਰਮੈਨ ਸੁਖਵਿੰਦਰ ਰਾਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਲੱਡੂਆਂ ਨਾਲ ਮੂੰਹ ਵੀ ਮਿੱਠਾ ਕਰਵਾ ਕੇ ਚਾਰਜ ਸੰਭਾਲਿਆ। ਇਸ ਮੌਕੇ ਬੋਲਦਿਆਂ SDM ਫਲੋਰ ਰਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ 15 ਮੈਂਬਰਾਂ ਵਿੱਚੋਂ 13 ਮੈਂਬਰ ਹਾਜ਼ਰ ਸਨ ਅਤੇ ਇਹ ਚੋਣ ਸਰਬਸੰਮਤੀ ਨਾਲ ਹੋਈ ਹੈ। ਇਸ ਮੌਕੇ MP ਚੌਧਰੀ ਸੰਤੋਖ ਸਿੰਘ ਨੇ ਨਵੀਂ ਬਣੀ ਚੇਅਰਪਰਸਨ ਹਰਜਿੰਦਰ ਕੌਰ ਅਤੇ ਵਾਈਸ ਚੇਅਰਮੈਨ ਸੁਖਵਿੰਦਰ ਰਾਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਵੀਂ ਬਣੀ ਟੀਮ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਵਧੀਆ ਤਰੀਕੇ ਨਾਲ ਕਰਵਾਵੇਗੀ। ਇਸ ਮੌਕੇ ਨਵੀਂ ਬਣੀ ਚੇਅਰਪਰਸਨ ਹਰਜਿੰਦਰ ਕੌਰ ਨੇ MP ਚੌਧਰੀ ਸੰਤੋਖ ਸਿੰਘ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ BDPO ਰੁੜਕਾ ਕਲਾਂ ਰਾਮਪਾਲ ਰਾਣਾ, ਬਲਾਕ ਸੰਮਤੀ ਮੈਂਬਰ ਰੇਸ਼ਮ ਕੌਰ, ਸਰਬਜੀਤ ਕੌਰ ਜੋਹਲ, ਤਰਸੇਮ ਸਿੰਘ, ਡਾਕਟਰ ਗੁਰਦੀਸ਼, ਸੁਖਵਿੰਦਰ ਰਾਮ, ਗੁਰਮੇਜ ਸਿੰਘ, ਸੁਨੀਤਾ ਰਾਣੀ, ਪਰਮਜੀਤ ਕੌਰ, ਸਰੂਪ ਕੁਮਾਰ, ਸੁਖਦੇਵ ਸਿੰਘ, ਤਰਸੇਮ ਲਾਲ, ਰਾਕੇਸ਼ ਦੁੱਗਲ, ਬਲਾਕ ਪ੍ਰਧਾਨ ਕਾਂਗਰਸ ਰੁੜਕਾ ਕਲਾਂ ਦਾਰਾ ਸਿੰਘ ਰਾਏ, ਕੁਲਦੀਪ ਸਿੰਘ ਬਿੱਟੂ, ਸੁਰਜੀਤ ਸਿੰਘ ਲੱਲੀ, ਜ਼ਿਲ੍ਹਾ ਪਰਿਸ਼ਦ ਮੈਂਬਰ ਰਾਣਾ ਪਾਸਲਾ, ਜਗਜੀਤ ਸਿੰਘ ਢੇਸੀ ਸਰਪੰਚ ਤੋਂ ਇਲਾਵਾ ਹੋਰ ਹਾਜ਼ਰ। ਅੱਜ ਰੁੜਕਾ ਕਲਾਂ ਬਲਾਕ ਸੰਮਤੀ ਦੀ ਚੋਣ ਹੋਈ ਹੈ ਚੇਅਰਮੈਨ ਵਾਈਸ ਚੇਅਰਮੈਨ, ਔਰ ਇਸ ਵਿੱਚ ਰਜਿੰਦਰ ਕੌਰ ਜੀ ਕਾਂਗਰਸ ਪਾਰਟੀ ਦੇ ਚੇਅਰਪਰਸਨ ਜਿਹੜੇ ਇਲੈਕਟ ਹੋਏ ਯੂਨੈਨੀਮਸਲੀ, ਔਰ ਉਹਨਾਂ ਦੇ ਨਾਲ ਸੁਖਵਿੰਦਰ ਰਾਮ ਜੀ ਉਹ ਵਾਈਸ ਚੇਅਰਮੈਨ ਇਲੈਕਟ ਹੋਏ। ਸੋ ਮੈਂ ਸਮਝਦਾ ਕਿ ਹਲਕਾ ਬਲਾਕ ਦਾ ਇਹ ਪਹਿਲਾ ਵਿਧਾਨ ਸਭਾ ਹਲਕਾ ਦਾ ਪਹਿਲਾ ਅੱਜ ਇਲੈਕਸ਼ਨ ਹੋਇਆ, ਦੂਸਰਾ ਕੱਲ੍ਹ, ਔਰ ਇਹਦੇ ਵਿੱਚ ਬਹੁਤ ਸਾਰੇ ਸਾਡੇ ਸਾਥੀ ਉਹਨਾਂ ਨੇ ਵੀ ਸਮਰਥਨ ਦਿੱਤਾ। ਸਾਡੇ ਪੰਡਾਲਾ ਤੋਂ ਸੁਖਦੇਵ ਸਿੰਘ ਜੀ ਜਿਹੜੇ CPM ਤੋਂ ਜਿਹੜੇ ਸੀ ਉਹਨਾਂ ਨੇ ਵੀ ਸਮਰਥਨ ਦਿੱਤਾ, ਔਰ ਬੱਦੀ ਖਾਲਸਾ ਡਾਕਟਰ ਗੁਰਦੀਸ਼ ਜੀ ਜਿਹੜੇ BSP ਤੋਂ ਲੜੇ ਸੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ। ਮੈਂ ਨਾ ਦੋਨੋਂ ਮੈਂਬਰਸ ਦਾ ਬਹੁਤ ਧੰਨਵਾਦ ਕਰਦਾ, ਜਸ਼ਨ ਕਰਦੇ ਹਾਂ, ਔਰ ਇਸ ਦੇ ਨਾਲ ਮੈਂ ਸਮਝਦਾ ਕਿ ਰੁੜਕਾ ਬਲਾਕ ਦੀ ਇਹ ਜਿਹੜੀ ਟੀਮ ਬਣੀ ਹੈ ਬਹੁਤ ਅੱਛੀ ਟੀਮ ਬਣੀ ਹੈ, ਔਰ ਰੁੜਕਾ ਬਲਾਕ ਦੀ ਜਿਹੜੀ ਡਿਵੈਲਪਮੈਂਟ ਹੈ ਵਿਕਾਸ ਹੈ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ। ਉਹ ਨੋਟੀਫਿਕੇਸ਼ਨ ਜਲਦੀ ਹੋਣ ਰੁੜਕਾ ਬਲਾਕ ਦੀ ਚੇਅਰਪਰਸਨ ਬਣਾਇਆ, ਜਿੰਨੇ ਮੈਂਬਰਾਂ ਦੇ ਸਾਰਿਆਂ ਨੂੰ ਮੈਂ ਧੰਨਵਾਦ ਕਰਦੀ ਹਾਂ ਅਤੇ ਚੌਧਰੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਅਤੇ ਜੋ ਕੰਮ ਪਿੰਡਾਂ ਦੇ ਰਹਿੰਦੇ ਆ ਸਾਰੇ ਕਰਾਵਾਂ। ਅੱਜ ਜਿਹੜੀ ਹੈ ਬਲਾਕ ਰੁੜਕਾ ਕਲਾਂ ਜਿਹਦੇ ਪੰਚਾਇਤ ਸੰਮਤੀ ਦੇ ਚੇਅਰਮੈਨ ਔਰ ਵਾਈਸ ਚੇਅਰਮੈਨ ਦੀ ਜਿਹੜੀ ਇਲੈਕਸ਼ਨ ਰੱਖੀ ਗਈ ਸੀ, ਚੇਅਰਮੈਨ ਔਰ ਵਾਈਸ ਚੇਅਰਮੈਨ ਵਾਸਤੇ ਕੋਰਮ ਚਾਹੀਦਾ ਸੀਗਾ 10 ਮੈਂਬਰ ਦਾ, 13 ਮੈਂਬਰ ਆਏ ਸੀਗੇ। MLA ਸਾਹਿਬ ਵੀ ਵੋਟ ਪਾ ਸਕਦੇ ਨੇ ਪਰ ਉਹ ਆਏ ਨਹੀਂ, ਔਰ ਸਰਬਸੰਮਤੀ ਨਾਲ ਚੇਅਰਮੈਨ ਦਾ ਵੀ ਇੱਕੋ ਕੈਂਡੀਡੇਟ ਦਾ ਨਾਂ ਪ੍ਰਪੋਜ਼ ਕੀਤਾ ਗਿਆ ਔਰ ਵਾਈਸ ਚੇਅਰਮੈਨ ਦਾ ਵੀ ਇੱਕੋ ਹੀ ਕੈਂਡੀਡੇਟ ਦਾ ਨਾਂ ਪ੍ਰਪੋਜ਼ ਕੀਤਾ ਗਿਆ, ਔਰ ਦੋਨਾਂ ਦਾ ਨਾਮ
ਤੋਂ ਬਾਅਦ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਜਿਹੜੀ ਇਲੈਕਸ਼ਨ ਹੈ ਪੀਸਫੁਲੀ ਅੱਜ ਕਰਵਾ ਦਿੱਤੀ ਗਈ। ਸਰ ਚੇਅਰਮੈਨ ਕੌਣ ਬਣੇ ਜੀ? ਚੇਅਰਮੈਨ ਆਪਣੇ ਬਣੇ ਨੇ ਮੈਡਮ ਹਰਜਿੰਦਰ ਕੌਰ ਨੇ, ਕਿਉਂਕਿ ਇਹ ਵੂਮੈਨ ਰਿਜ਼ਰਵ ਸੀ ਸੀਟ। ਔਰ ਜਿਹੜੇ ਵਾਈਸ ਚੇਅਰਮੈਨ ਨੇ ਸੁਖਵਿੰਦਰ ਰਾਮ, ਉਹ ਬਣੇ ਨੇ। ਕਿਸੇ ਹੋਰ ਕੈਂਡੀਡੇਟ ਨੇ ਨਾ ਉਹਨਾਂ ਦਾ ਪ੍ਰਪੋਜ਼ ਕੀਤਾ, ਨਾ ਹੀ ਕਿਸੇ ਨੇ ਸੈਕਿੰਡ ਕੀਤਾ, ਕਿਉਂਕਿ ਇੱਕ ਕੈਂਡੀਡੇਟ ਸੀ। ਇਸ ਕਰਕੇ ਉਹਨਾਂ ਸਰਵਸੰਮਤੀ ਨਾਲ ਉਹ ਦੋਨੋਂ ਬਣੇ। ਕਿੰਨੇ ਮੈਂਬਰ ਜੀ ਟੋਟਲ? ਹਾਂਜੀ, ਟੋਟਲ 15 ਮੈਂਬਰ ਸੀ। 15 'ਚੋਂ 13 ਮੈਂਬਰ ਹਾਜ਼ਰ ਨੇ। 2/3 ਕੋਰਮ ਚਾਹੀਦਾ ਸੀ, 10 ਮੈਂਬਰ ਚਾਹੀਦੇ ਸੀ, ਪਰ 13 ਮੈਂਬਰ ਹਾਜ਼ਰ ਨੇ।